100% ਤੱਕ ਬਜੜਾ ਜਿਹੜਾ ਇਹ ਕਣਕ ਦੇ ਫਸਲ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵਿਚ ਚੁੱਕੀ ਆਰੇ ਇਲਾਕੇ ਦੀ 10000 ਤੋਂ 15000 ਏਕੜ ਜਿਹੜੀ ਫਸਲ ਆ ਬਿਲਕੁਲ ਬਰਬਾਦ ਹੋ ਚੁੱਕੀ ਆ ਜੇ ਮੁਆਵਜ਼ਾ ਮਿਲੇਗਾ ਤੇ ਅਗਲੀ ਫਸਲ ਬੀਜ ਸਕਦਾ ਨਹੀਂ ਤੇ ਕਿਸਾਨ ਬਿਲਕੁਲ ਖਤਮ ਹੋ ਚੁੱਕਾ ਆ ਪਿਛਲੇ ਸਾਲ ਵੀ ਸਾਡਾ ਇਹੋ ਹਾਲ ਹੀ ਪਿਛਲੇ ਸਾਲ ਸਾਡਾ ਸਪੈਸ਼ਲ ਗਿਦੌਰੀ ਕਰਾਉਣ ਦੇ باوجود ਵੀ ਕੋਈ ਜਿਹੜਾ ਉਹ ਸਾਨੂੰ ਖਰਾਬਾ ਕਰੂਗਾ ਨਹੀਂ ਮਿਲਿਆ ਪਿਛਲੇ ਕਈ ਦਿਨਾ ਤੋਂ ਹੋ ਰਹੀ ਬੇਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਗਰਦਾਸਪੁਰ ਦੇ ਪਿੰਡ ਨਾਨੋਵਾਲ ਵਿੱਚ ਕਿਸਾਨਾਂ ਦੀ ਕਈ ਏਕੜ ਫਸਲ ਦਾ ਭਾਰੀ ਨੁਕਸਾਨ ਕੀਤਾ ਜਿਸ ਕਰਕੇ ਕਿਸਾਨ ਭਾਰੀ ਚਿੰਤਾ ਵਿੱਚ ਦਿਖਾਈ ਦੇ ਰਹੇ ਨੇ ਕਿਸਾਨਾਂ ਨੇ ਦੱਸਿਆ ਕਿ ਇਸ ਹਲਕੇ ਅੰਦਰ ਹੋ ਰਹੀ بارش ਨੇ ਹਜ਼ਾਰਾਂ ਏਕੜ ਫਸਲ ਖਰਾਬ ਕਰ ਦਿੱਤੀ ਹੈ ਕਿਸਾਨਾਂ ਨੇ ਕਿਹਾ ਕਿ ਅਜੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਹੋਰ بارش ਰਹੇਗੀ ਜਿਸ ਕਰਕੇ ਕਿਸਾਨਾਂ ਨੂੰ ਚਿੰਤਾ ਹੈ ਕਿ ਉਹਨਾਂ ਦਾ ਹੋਰ ਨੁਕਸਾਨ ਹੋ ਸਕਦਾ ਹੈ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਕਦਾਵਰੀਆਂ ਕਰਕੇ ਬੰਦਾ ਮੁਆਵਜ਼ਾ ਦਿੱਤਾ ਜਾਵੇ ਪਹਿਲਾਂ ਵੀ ਇੱਕ ਦਿਨ ਹੋਈ ਤੇ ਰਾਤ ਵੀ ਬਰਸਾਤ ਹੋਈ ਤੇ ਹਨੇਰੀ ਚੱਲੀ ਹੈ ਇਹਨਾਂ ਕਹਿੰਦੇ ਜਿੰਨੇ ਆਪਣੇ ਏਰੀਆ ਦੀ ਤਕਰੀਬਨ ਸਾਰੀ 100% ਹੀ ਰਕਬਾ ਜਿਹੜਾ ਇਹ ਕਣਕ ਦੇ ਫਸਲ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਵਿਛ ਚੁੱਕੀ ਹੈ ਤਾਂ ਇਹ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਇਹ ਜਿਹੜੀ ਸਪੈਸ਼ਲ ਗਰਦੌਰੀ ਕਰਾ ਕੇ ਜਿੰਨਾ ਟੁਕਾ ਮਆਵਜਾ ਬੰਦਾ ਉਹ ਦਿੱਤਾ ਜਾਵੇ ਕਿਉਂਕਿ ਇਸ ਟਾਈਮ ਤੇ ਬਹੁਤ ਹੀ ਦੇਖ ਸਕਦੇ ਹੋ ਫਸਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ ਸਾਡੇ ਪਿੰਡ ਦੇ ਤਕਰੀਬਨ 1000 ਤੋਂ 1500 ਏਕੜ ਔਰ ਸਾਰੇ ਇਲਾਕੇ ਦੀ 10000 ਤੋਂ 15000 ਏਕੜ ਜਿਹੜੀ ਫਸਲ ਆ ਬਿਲਕੁਲ ਬਰਬਾਦ ਹੋ ਚੁੱਕੀ ਆ ਤੇ ਜਿਆਦਾ 50 ਤੋਂ ਉੱਪਰ ਹੋ ਗਿਆ ਜੀ ਨੁਕਸਾਨ ਤੇ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਇਹਦੀ ਸਪੈਸ਼ਲ ਗਰਦੌਰੀ ਕਰਾ ਕੇ ਤੇ ਜੋ ਬੰਦਾ ਇਹਦਾ ਮਆਵਜਾ ਦਿੱਤਾ ਜਾਏ ਕਿਸਾਨ ਤਾਂ ਅੱਗੇ ਥੱਲੇ ਲੱਗ ਚੁੱਕਾ ਹੈ ਤੇ ਕਿਸਾਨ ਜੇ ਮੁਆਵਜ਼ਾ ਮਿਲੇਗਾ ਤੇ ਅਗਲੀ ਫਸਲ ਬੀਜ ਸਕਦਾ ਨਹੀਂ ਤੇ ਕਿਸਾਨ ਬਿਲਕੁਲ ਖਤਮ ਹੋ ਚੁੱਕਾ ਆ ਇਸ ਕਰਕੇ ਹੱਥ ਜੋੜ ਕੇ ਇਹੋ ਹੀ ਅਪੀਲ ਆ ਵੀ ਇਹਦਾ ਸਪੈਸ਼ਲ ਗਰਦੌਰੀ ਕਰਵਾ ਕੇ ਤੇ ਮੁਆਵਜ਼ਾ ਬੰਦਾ ਦਿੱਤਾ ਜਾਵੇ ਰਾਤ ਰੋਕ ਰੋਕ ਕੇ بارش ਹੁੰਦੀ ਰਹੀ ਸਾਰੀ ਰਾਤ ਗੜੇ ਮਾਰੀ ਹੁੰਦੀ ਰਹੀ ਹਨੇਰੀ ਬੜੀ ਤੇਜ਼ ਚੱਲੀ ਆ ਉਹਦੇ ਨਾਲ ਕਣਕ ਜਿਹੜੀ ਆ ਬਿਲਕੁਲ ਜ਼ਮੀਨ ਦੇ ਉੱਤੇ ਵਿਛ ਗਈ ਆ ਥੱਲੇ ਪਾਣੀ ਖੜਾ ਤੇ ਇਹਦੀ ਜਿਹੜੀ ਕਟਾਈ ਹੋਣੀ ਆ ਉੱਤੇ ਵੀ ਮਸ਼ੀਨਾਂ ਵਾਲੇ ਨੇ ਹੋਰ ਦੁੱਗਣਾ ਰੇਟ ਲੈਣਾ ਪਹਿਲੇ ਹੀ ਸਾਡਾ ਜਿਹੜਾ ਉਹ ਤੇ ਕਿਰੋਂ 18 ਤੋਂ 20000 ਰੁਪਏ ਪਰ ਏਕੜ ਖਰਚਾ ਆ ਚੁੱਕਾ ਹੈ ਹੁਣ ਵੜਾਈ ਦਾ ਖਰਚਾ ਹੋਰ ਐਕਸਟਰਾ ਹੋਣਾ ਤੂੜੀ ਇਹਦੀ ਚੰਗੀ ਬਣਨੇ ਨਹੀਂ ਪਸ਼ੂਆਂ ਵਾਸਤੇ ਵੀ ਮੁਸ਼ਕਲ ਚਾਰਾ ਵੀ ਖਤਮ ਹੋ ਗਿਆ ਜੀ ਪਿਛਲੇ ਸਾਲ ਵੀ ਸਾਡਾ ਇਹੋ ਹਾਲ ਹੀ ਪਿਛਲੇ ਸਾਲ ਸਾਡਾ ਸਪੈਸ਼ਲ ਗਿਰਦੋਰੀ ਕਰਾਉਣ ਦੇ باوجود ਵੀ ਕੋਈ ਜਿਹੜਾ ਉਹ ਸਾਨੂੰ ਖਰਾਬਾ ਕਰੂਗਾ ਨਹੀਂ ਮਿਲਿਆ ਅਸੀਂ ਸਰਕਾਰ ਕੋ ਇਹੋ ਮੰਗ ਕਰਦੇ ਆ ਕਿ ਹੁਣ ਜਿਹੜੀ ਸਾਡੀ ਸਪੈਸਾ ਗਿਰਦੋਰੀ ਕਰਾ ਕੇ ਤੇ ਜੋ ਵੀ ਸਾਡਾ ਜੋਗ ਮੁਆਵਜ਼ਾ ਬਣਦਾ ਉਹ ਦਿੱਤਾ ਜਾਵੇ ਤਾਂ ਕਿ ਸਾਡੀ ਆਰਥਿਕ ਹਾਲਤ ਜਿਹੜੀ ਸੁਧਰ ਸਕੇ ਆਪਾਂ ਵੱਡੀਆਂ-ਵੱਡੀਆਂ ਲਿੰਮਟਾਂ ਬਣਾ ਕੇ ਕਰਜ਼ਾ ਲੈ ਕੇ ਫਿਰ ਪਾਲੀ ਸੀ ਫਸਲ ਤੇ ਸਾਰੀ ਸਾਰੀ ਜਿਹੜੀ ਰਾਤ ਬਰਬਾਦ ਬਿਊਰੋ ਰਿਪੋਰਟ